ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਫਤ ਸਲਾਹ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਨੌਰਥ ਅਮਰੀਕਾ ਦੇ ਵਿੱਚ ਵਸਦੇ ਸਾਰੇ ਵੀਅਰਸ ਨੂੰ ਮੇਰੀ ਤਰਫੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਲੈ ਕੇ ਹਾਜ਼ਰ ਹਾਂ ਤੁਹਾਡਾ ਆਪਣਾ ਹਰਮਨ ਪਿਆਰਾ ਸ਼ੋਅ ਰੂਹਾਨੀ ਗੱਲਾਂ। ਇਸ ਸ਼ੋਅ ਦੇ ਵਿੱਚ ਅਸੀਂ ਤੁਹਾਨੂੰ ਮੁਖਾਤਿਬ ਕਰਾਉਂਦੇ ਹਾਂ ਉਹਨਾਂ ਉਂਗੀਆਂ ਸ਼ਖਸੀਅਤਾਂ ਦੇ ਨਾਲ ਜਿਨ੍ਹਾਂ ਨੇ ਸਿੱਖ ਪੰਥ ਦੇ ਵਿੱਚ ਆਪਣੀ ਅਹਿਮ ਭੂਮਿਕਾ ਅਦਾ ਕੀਤੀ ਹੈ। ਅੱਜ ਜਿਹੜੀ ਸ਼ਖਸੀਅਤ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਹੈ, ਉਹਨਾਂ ਨੇ ਵੀ ਆਪਣਾ ਅਹਿਮ ਯੋਗਦਾਨ ਪਾਇਆ ਸਿੱਖ ਪੰਥ ਦੇ ਵਿੱਚ। ਪਿਛਲੇ 40 ਸਾਲਾਂ ਤੋਂ ਇਹਨਾਂ ਨੂੰ ਤਾਲੀਮ ਹੈ ਸਿੱਖ ਫਿਲੋਸਫੀ ਬਾਰੇ, ਗੁਰੂ ਗ੍ਰੰਥ ਸਾਹਿਬ ਜੀ ਦੀ ਟੀਚਿੰਗਸ ਅਤੇ ਪ੍ਰੀਚਿੰਗਸ ਬਾਰੇ। ਅੱਜ ਸਾਡੇ ਨਾਲ ਰੂਬਰੂ ਹੋਣਗੀਆਂ ਇਹਨਾਂ ਦੀਆਂ ਗੱਲਾਂ ਔਰ ਕਰਾਂਗੇ ਇਹਨਾਂ ਦੇ ਨਾਲ ਰੂਹਾਨੀ ਗੱਲਾਂ। ਮੁਖਾਤਿਬ ਕਰਾਉਣਾ ਪਰਮਪਾਲ ਸਿੰਘ ਜੀ ਕੈਲੀਫੋਰਨੀਆ ਤੋਂ ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ। ਪਰਮਪਾਲ ਸਿੰਘ ਜੀ, ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਪਰਮਪਾਲ ਸਿੰਘ ਜੀ ਕੈਲੀਫੋਰਨੀਆ ਤੋਂ ਸਾਡੇ ਸਟੂਡੀਓ ਦੇ ਵਿੱਚ ਅੱਜ ਪਹੁੰਚੇ ਹਨ, ਜੋ ਕਿ ਕਰਨਗੇ ਸਾਡੇ ਨਾਲ ਰੂਹਾਨੀ ਗੱਲਾਂ। ਅੱਜ ਇਸ ਪ੍ਰੋਗਰਾਮ ਦੇ ਵਿੱਚ ਸਵਾਲ ਜਿਹੜੇ ਪੁੱਛਣ ਜਾ ਰਹੇ ਹਾਂ ਅਸੀਂ ਗਿਆਨੀ ਪਰਮਪਾਲ ਸਿੰਘ ਜੀ ਤੋਂ, ਉਹ ਬਹੁਤ ਜ਼ਰੂਰੀ ਹਨ ਸਾਡੀ ਸਿੱਖ ਕੌਮ ਦੇ ਲਈ ਔਰ ਸਾਡੇ ਪੰਥ ਦੇ ਲਈ ਜਾਣਨੇ। ਅੱਜ ਅਸੀਂ ਗੱਲ ਕਰਦੇ ਹਾਂ ਕਿ ਅਸੀਂ ਇਕੱਠੇ ਹਾਂ, ਅੱਜ ਅਸੀਂ ਗੱਲ ਕਰਦੇ ਹਾਂ ਕਿ ਸਾਡੀ ਕੌਮ ਇਕੱਠੀ ਹੈ, ਅੱਜ ਅਸੀਂ ਗੱਲ ਕਰਦੇ ਹਾਂ ਕਿ ਸਾਨੂੰ ਕੇਸਰੀ ਝੰਡੇ ਦੇ ਥੱਲੇ ਇਕੱਠੇ ਹੋਣ ਦੀ ਲੋੜ ਹੈ। ਕਿ ਅਸੀਂ ਯੂਨਾਈਟ ਹਾਂ? ਅਸੀਂ ਗੱਲ ਤਾਂ ਕਰਦੇ ਹਾਂ ਯੂਨਿਟੀ ਦੀ, ਲੇਕਿਨ ਫਿਰ ਕਿਉਂ ਅੱਜ ਕੌਮ ਦੇ ਵਿੱਚ ਦੁਚਿੱਤੀ ਪੈਦਾ ਹੋਈ ਹੋਈ ਹੈ? ਅੱਜ ਕੌਮ ਦੇ ਵਿੱਚ ਕਿਉਂ ਵਿਭਾਜਨ ਹੋਇਆ ਹੋਇਆ, ਇਹ ਡਿਵਾਈਡ ਕਿਉਂ ਹੋ ਰਿਹਾ? ਇਸ ਨੂੰ ਲੈ ਕੇ ਅੱਜ ਅਸੀਂ ਕਰਾਂਗੇ ਰੂਹਾਨੀ ਗੱਲਾਂ ਅਤੇ ਵਿਚਾਰ ਵਟਾਂਦਰਾ ਗਿਆਨੀ ਪਰਮਪਾਲ ਸਿੰਘ ਜੀ ਹੋਰਾਂ ਦੇ ਨਾਲ। ਸਭ ਤੋਂ ਪਹਿਲਾਂ ਸਵਾਲ ਮੇਰਾ ਇੱਥੇ ਇਹ ਬਣਦਾ ਕਿ ਅੱਜ ਕੌਮ ਦੇ ਵਿੱਚ ਇਹ ਟਫ ਸਿਚੁਏਸ਼ਨ ਆਖਿਰਕਾਰ ਕਿਉਂ ਬਣੀ ਹੋਈ ਹੈ? ਇਸ ਬਾਰੇ ਮੈਂ ਜ਼ਰੂਰ ਚਾਹਾਂਗਾ ਕਿ ਗਿਆਨੀ ਪਰਮਪਾਲ ਸਿੰਘ ਜੀ ਚਾਨਣਾ ਪਾਉਣ। ਹਾਂਜੀ, ਬਹੁਤ ਵਧੀਆ ਵੀਰ ਜੀ, ਤੁਸੀਂ ਸਵਾਲ ਕੀਤਾ ਹੈ ਔਰ ਜਦੋਂ ਤੁਸੀਂ ਆਪਣਾ ਟੀ ਵੀ ਔਨ ਕੀਤਾ ਹੈ ਤਾਂ ਉਸ ਵੇਲੇ ਪਹਿਲਾ ਸ਼ਬਦ ਆਇਆ ਕੌਣ ਭਲੇ ਕੋ ਮੰਦੇ ਜੀ, ਅਤੇ ਉਹਦੇ ਵਿੱਚ ਹੀ ਜਿਹੜਾ ਗੁਰੂ ਸਾਹਿਬ ਨੇ ਇਸ ਚੀਜ਼ ਦਾ ਸਾਨੂੰ ਹੱਲ ਦੱਸ ਦਿੱਤਾ ਜੀ, ਵੀ ਕੋਈ ਕੌਣ ਭਲੇ ਕੋ ਮੰਦੇ, ਕੌਣ ਭਲੇ ਨੇ ਕੌਣ ਮੰਦੇ ਨੇ, ਵੀ ਇਹ ਸਾਡੀ ਅਸੀਂ ਆਪਣੇ ਆਪ ਇੱਕ ਸੋਚ ਬਣਾਈ ਹੋਈ ਹੈ ਜੀ, ਇਹ ਸਾਰਾ ਪਰਮੇਸ਼ਰ ਦਾ ਖੇਲ ਹੈ ਜੀ, ਇਹ ਸਾਰਾ ਉਹਨੇ ਕਿਸ ਨੂੰ ਭਲਾ ਬਣਾਇਆ ਕਿਸ ਨੂੰ ਬੁਰਾ ਬਣਾਇਆ ਇਹ ਸਰਟੀਫਿਕੇਟ ਅਸੀਂ ਖੁਦ ਲੈ ਲੈਂਦੇ ਹਾਂ ਜੀ, ਇਹ ਪਰਮੇਸ਼ਰ ਨੇ ਸਾਨੂੰ ਬਣਾਇਆ, ਜਿਸ ਨੂੰ ਜੈਸਾ ਬਣਾਇਆ ਉਹ ਹੈ ਵੇ, ਅਤੇ ਜਦੋਂ ਆਪਾਂ ਇੱਕ ਨੂੰ ਸਿਆਣਾ ਅਤੇ ਇੱਕ ਨੂੰ ਮੂਰਖ ਸਮਝ ਲੈਂਦੇ ਹਾਂ ਤਾਂ ਉੱਥੇ ਹਿਊਮਨ ਇਕੁਐਲਿਟੀ ਦੀ ਗੱਲ ਜਿਹੜੀ ਗੁਰੂ ਸਾਹਿਬ ਨੇ ਮੇਨ ਦਿੱਤੀ ਹੈ ਉਹ ਅੱਗੇ ਪਿੱਛੇ ਹੋ ਜਾਂਦੀ ਹੈ, ਤਾਂ ਫਿਰ ਆਪਾਂ ਉਹਨੂੰ ਜਿਹੜਾ ਉਸ ਚੀਜ਼ ਨੂੰ ਪੰਥ ਵਿੱਚ ਵੀ ਲਾਗੂ ਕਰ ਲੈਂਦੇ ਹਾਂ, ਜਿਸ ਕਰਕੇ ਇਹ ਦੁਫਾੜ ਪਿਆ ਹੋਇਆ ਹੈ। ਗਿਆਨੀ ਜੀ, ਲੇਕਿਨ ਆਮ ਲੋਕਾਂ ਦੀ ਰਾਏ ਹੈ ਕਿ ਸਾਡਾ ਪੰਥ ਜਿਹੜਾ ਉਹ ਇਕੱਠਾ ਨਹੀਂ ਹੋ ਸਕਦਾ, ਅਸੀਂ ਇੱਕ ਕੇਸਰੀ ਨਿਸ਼ਾਨ ਦੇ ਥੱਲੇ ਜਾਂ ਫਿਰ ਨਿਸ਼ਾਨ ਸਾਹਿਬ ਦੇ ਥੱਲੇ ਅਸੀਂ ਨਹੀਂ ਇਕੱਠੇ ਹੋ ਸਕਦੇ ਜੀ। ਬਿਲਕੁਲ, ਇਹ ਭਰਮ ਹੈ ਵੀਰ ਜੀ ਜੀ, ਇਹ ਭਰਮ ਹੈ, ਬਿਲਕੁਲ ਆਪਾਂ ਹੋ ਸਕਦੇ ਹਾਂ। ਮੈਨੂੰ ਤਾਂ ਇੱਕ ਇਹ ਵਿਚਾਰ ਨਹੀਂ ਇੱਕ ਬਲ ਦੇ ਦਿੱਤਾ ਜੀ, ਜਦੋਂ ਗੁਰੂ ਸਾਹਿਬ ਇਸ ਲੈਵਲ ਦੀ ਕਹਿੰਦੇ ਨੇ ਤਾਂ ਫਿਰ ਹੋਰ ਵੀ ਕਹਿੰਦੇ ਨੇ ਵੀ ਏਕ ਪਿਤਾ ਇੱਕ ਸਕੇਹ ਮੁਬਾਰਕ ਜੀ, ਅਤੇ ਉੱਥੇ ਪਿਤਾ ਕੌਣ ਹੈ? ਵਾਹਿਗੁਰੂ ਹੈ ਸਾਰਿਆਂ ਦਾ ਜੀ, ਅਤੇ ਅਸੀਂ ਸਾਰੇ ਉਸਦੇ ਬੱਚੇ ਹਾਂ ਜੀ, ਯਾਨੀ ਇੱਕ ਪਰਿਵਾਰ ਹੈ ਸਾਡਾ, ਔਰ ਗੁਰੂ ਸਾਹਿਬ ਸਾਰੇ ਸੰਸਾਰ ਨੂੰ ਇੱਕ ਪਰਿਵਾਰ ਕਹਿੰਦੇ ਨੇ ਜੀ, ਤਾਂ ਇੱਕ ਸਿਰਫ ਸਿੱਖ ਪੰਥ ਇੱਕ ਪਰਿਵਾਰ ਜੋ ਸੰਸਾਰ ਦਾ ਇੱਕ ਛੋਟਾ ਜਿਹਾ ਪਰਿਵਾਰ ਹੈ ਉਹ ਇਕੱਠਾ ਕਿਉਂ ਨਹੀਂ ਹੋ ਸਕਦਾ? ਮੈਨੂੰ ਨਹੀਂ ਲੱਗਦਾ ਇਹ, ਅਗਰ ਕੋਈ ਪ੍ਰੋਬਲਮ ਹੈ ਅਗਰ ਇਸ ਗੱਲ 'ਤੇ ਵਿਚਾਰ ਕੀਤਾ ਜਾਏ। ਅੱਜ ਅਸੀਂ ਦੇਖ ਰਹੇ ਹਾਂ ਕਿ ਇਸ ਕਰਕੇ ਸਾਨੂੰ ਬਹੁਤ ਜ਼ਿਆਦਾ ਖਮਿਆਜ਼ਾ ਵੀ ਜਿਹੜਾ ਭੁਗਤਣਾ ਪੈ ਰਿਹਾ, ਤੁਹਾਨੂੰ ਕੀ ਲੱਗਦਾ ਇਹਦਾ ਕੀ ਹੱਲ ਹੈ? ਜੀ, ਖਮਿਆਜ਼ਾ ਬਿਲਕੁਲ ਸਾਨੂੰ ਬਹੁਤ ਜ਼ਿਆਦਾ ਭੁਗਤਣਾ ਪੈ ਰਿਹਾ, ਜੇ ਆਪਾਂ ਦੇਖੀਏ ਤਾਂ ਗੁਰੂ ਮਹਾਰਾਜ ਦੀ ਬੇਅਦਬੀ ਜੀ, ਇਹਦਾ ਕਾਰਨ ਹੀ ਹੈ ਵੀ ਗੁਰੂ ਸਾਹਿਬ ਦੇ ਅਸੀਂ ਇਸ ਪ੍ਰਿੰਸੀਪਲ ਨੂੰ ਨਹੀਂ ਸਮਝੇ ਜੀ, ਤਾਂ ਗੁਰੂ ਸਾਹਿਬ ਦੀ ਬੇਅਦਬੀ ਦਾ ਵੀ ਇਹੀ ਕਾਰਨ ਹੈ ਸਾਡੀ ਯੂਨਿਟੀ ਨਾ ਹੋਣਾ ਜੀ, ਜੀ ਸਿੱਖਾਂ ਨੂੰ ਆਪਣੇ ਸਵਾਰਥ ਵਿੱਚ ਪੈ ਜਾਣਾ, ਕਿਸੇ ਨੇ ਰਾਜਨੀਤਿਕ ਤੌਰ 'ਤੇ ਦੇਖੇ ਤਾਂ ਧਾਰਮਿਕ ਤੌਰ 'ਤੇ ਇਹ ਸਵਾਰਥ ਵਿੱਚ ਪੈਣ ਕਰਕੇ ਇਹ ਜਿਹੜਾ ਸਾਨੂੰ ਇਹ ਪ੍ਰੋਬਲਮ ਆ ਰਹੀ ਹੈ। ਗਿਆਨੀ ਜੀ, ਸਾਨੂੰ ਬਾਣੀ ਕਿਵੇਂ ਸਿਖਾਉਂਦੀ ਹੈ
ਕੀ ਇਹਦਾ ਹੱਲ ਹੈ ਜੀ? ਬਾਣੀ ਇਹਦਾ ਬੜਾ ਬੜਾ ਸਿੰਪਲ ਦੱਸਦੀ ਹੈ ਕਿ ਕਿਉਂਕਿ ਇਹ ਸਿੰਪਲ ਲੋਕਾਂ ਦਾ ਧਰਮ ਸੀ ਜੀ, ਔਰ ਅੱਜ ਸੰਸਾਰ ਵਿੱਚ ਜਿਹੜਾ ਹੈ ਅਗਰ ਆਪਾਂ ਕੁੱਲ ਆਬਾਦੀ ਦੇਖਾਂਗੇ ਪੂਰੇ ਸੰਸਾਰ ਦੀ ਜੀ, ਤਾਂ ਇਹ 70% ਲੋਕ ਸਿੰਪਲ ਨੇ ਜੀ, ਅਤੇ 10% ਲੋਕਾਂ ਨੇ ਦੁਨੀਆ ਦਾ ਰਾਜ ਸੰਭਾਲਿਆ ਹੋਇਆ ਜੀ, ਅਤੇ 10% ਨੇ ਮਤਲਬ ਧਰਮ ਦੀ ਵਾਗਡੋਰ ਸੰਭਾਲੀ ਹੋਈ ਹੈ, ਅਤੇ 10% ਤਬਕਾ ਜਿਹੜਾ ਉਹ ਸਮਝਦਾਰ ਜੋ ਸਾਇੰਟਿਸਟ ਇੰਜੀਨੀਅਰ ਡਾਕਟਰ ਆ ਜੀ, ਬਾਕੀ 70% ਸਧਾਰਨ ਲੋਕ ਨੇ, ਔਰ ਗੁਰੂ ਸਾਹਿਬ ਨੇ ਸ਼ੁਰੂ ਤੋਂ ਹੀ ਇਹ ਧਰਮ ਜਿਹੜਾ ਉਹ 70% ਲੋਕਾਂ ਵਾਸਤੇ ਬਣਾਇਆ ਜੀ, ਅਤੇ ਇਹ ਚੀਜ਼ ਨੂੰ ਆਪਾਂ ਸਾਨੂੰ ਮੂਲ ਰੂਪ 'ਤੇ ਇਹ ਸਾਨੂੰ ਲੈ ਕੇ ਚੱਲਣਾ ਪਵੇਗਾ ਜੀ, ਕਿ ਆਮ ਸਧਾਰਨ ਬੰਦਿਆਂ ਦੇ ਦੁਨੀਆ ਦੇ ਜਿਤਨੀ ਵੀ ਸਾਰੀ ਦੁਨੀਆ ਸਧਾਰਨ ਬੰਦੇ ਨੇ ਉਹਨਾਂ ਦਾ ਗੁਰੂ ਸਾਹਿਬ ਨੇ ਇਹ ਧਰਮ ਚਲਾਇਆ, ਇਹ ਪੰਥ ਚਲਾਇਆ ਜੀ, ਮੈਂ ਤਾਂ ਕਹਾਂਗਾ ਕਿ ਪੰਥ ਇਹ ਹੈ ਕਿਉਂਕਿ ਧਰਮ ਤਾਂ ਪਹਿਲਾਂ ਹੀ ਬੜੇ ਚੱਲਦੇ ਪਏ ਸੀ ਜੀ, ਅਤੇ ਪੰਥ ਦਾ ਮਤਲਬ ਹੁੰਦਾ ਰਸਤਾ, ਇੱਕ ਰਸਤਾ ਦਿਖਾਇਆ ਜੋ ਪੂਰੀ ਦੁਨੀਆ ਵਾਸਤੇ ਇਕੁਅਲ ਹੈ ਜੀ। ਜਦ ਅਸੀਂ ਗੁਰੂ ਸਾਹਿਬ ਦੀ ਗੱਲ ਕਰਦੇ ਹਾਂ ਉਹਨਾਂ ਨੇ ਵੀ ਪੰਥ ਇਕੱਠਾ ਕੀਤਾ ਜੀ, ਔਰ ਪੰਥ ਉਹਨਾਂ ਨੇ ਬਹੁਤ ਹੀ ਬਿਹਤਰੀਨ ਤਰੀਕੇ ਨਾਲ ਚਲਾਇਆ ਜੀ, ਔਰ ਉਹਨਾਂ ਨੇ ਇਗਜ਼ਾਮਪਲ ਸੈੱਟ ਕਰਤਾ ਸਾਰਿਆਂ ਦੇ ਲਈ ਕਿ ਪੰਥ ਚੱਲ ਸਕਦਾ, ਇਕਜੁੱਟ ਹੋਣ ਦੀ ਲੋੜ ਹੈ ਜੀ। ਅੱਜ ਤੁਹਾਨੂੰ ਕੀ ਲੱਗਦਾ ਕਿਉਂ ਤ੍ਰਾਸਦੀ ਆਈ ਹੋਈ ਹੈ ਜੀ? ਬਿਲਕੁਲ, ਜਿਹੜਾ ਗੁਰੂ ਸਾਹਿਬ ਦਾ ਮੂਲ ਸਿਧਾਂਤ ਸੀ ਜੀ, ਗੁਰੂ ਸਾਹਿਬ ਦਾ ਮੂਲ ਸਿਧਾਂਤ ਤਾਂ ਸੀ 10ਵੇਂ ਪਾਤਸ਼ਾਹ ਦਾ ਮਾਣਸ ਕੀ ਜਾ ਸਕੇ ਇੱਕ ਪਹਿਚਾਨਵੋ ਜੀ। ਹੁਣ ਜੋ ਉਹਨਾਂ ਨੇ ਕੀਤਾ ਉਹ ਉਹਨਾਂ ਨੇ ਪ੍ਰੈਕਟੀਕਲੀ ਇਸ ਚੀਜ਼ ਨੂੰ ਲਾਗੂ ਕਰਨ ਵਾਸਤੇ ਹੀ ਆਪਣੇ ਪਰਿਵਾਰ ਦੀਆਂ ਕੁਰਬਾਨੀਆਂ ਦਿੱਤੀਆਂ ਜੀ, ਕਿ ਇਹ ਚੀਜ਼ ਉਹ ਪ੍ਰੈਕਟੀਕਲੀ ਲਾਗੂ ਕਰਨਾ ਚਾਹੁੰਦੇ ਸੀ। ਸੰਸਾਰ ਦੇ ਪਹਿਲੇ ਧਰਮਾਂ ਵਿੱਚ ਵੀ ਸ਼ਾਇਦ ਉਹਨਾਂ ਦੇ ਪੈਗੰਬਰਾਂ ਨੇ ਇਹੀ ਚਾਹਿਆ ਸੀ, ਲੇਕਿਨ ਕਿਸੇ ਲੈਵਲ 'ਤੇ ਜਿਹੜੇ ਅੱਗੇ ਪੈਰੋਕਾਰਾਂ ਕੋਲ ਭੁੱਲ ਹੋ ਗਈ ਜੀ, ਅਤੇ ਗੁਰੂ ਸਾਹਿਬ ਨੇ ਉਸ ਚੀਜ਼ ਨੂੰ ਦੱਸਿਆ ਕਿ ਭਾਈ ਪੈਰੋਕਾਰਾਂ ਨੇ ਕਿਵੇਂ ਇੱਕ ਹੋਣਾ ਹੈ, ਅਤੇ ਉਹਨਾਂ ਨੇ ਸਾਰਿਆਂ ਨੂੰ ਪੈਰੋਕਾਰਾਂ ਨੂੰ ਇੱਕ ਹੋਣ ਦਾ ਹੀ ਸੰਦੇਸ਼ ਦਿੱਤਾ ਸੀ ਕਿ ਆਪਾਂ ਸਾਰਿਆਂ ਨੇ ਇਕੱਤਰ ਹੋ ਕੇ ਜੀ ਗੁਰੂ ਸਾਹਿਬ ਦੀਆਂ ਕੁਰਬਾਨੀਆਂ ਦਾ ਇਵ ਜਿਹੜਾ ਇਕੱਤਰ ਹੋ ਕੇ ਸਾਰੇ ਸੰਸਾਰ ਨੂੰ ਇਹ ਚੀਜ਼ ਦੱਸ ਕੇ ਕਿ ਸਾਰੇ ਅਸੀਂ ਇੱਕ ਪਿਤਾ ਦੇ ਬੱਚੇ ਹਾਂ, ਇਹ ਦੇ ਕੇ ਚੁਕਾਉਣਾ ਸੀ। ਅਤੇ ਗਿਆਨੀ ਜੀ ਤੁਹਾਨੂੰ ਕੀ ਲੱਗਦਾ ਅੱਜ ਪ੍ਰਚਾਰਕਾਂ ਨੂੰ ਕਿਸ ਗੱਲ ਦੀ ਲੋੜ ਹੈ ਪ੍ਰਚਾਰ ਕਰਨ ਦੀ ਜੀ? ਬਹੁਤ ਸੋਹਣਾ ਇਹ ਸਵਾਲ ਕੀਤਾ, ਸਭ ਤੋਂ ਵਧੀਆ ਮੈਨੂੰ ਇਹ ਸਵਾਲ ਲੱਗਿਆ ਕਿ ਪ੍ਰਚਾਰਕਾਂ ਨੂੰ, ਕਿਉਂਕਿ ਜਦੋਂ ਬਾਣੀ ਦੇ ਆਪਾਂ ਸਹੀ ਅਰਥ ਕਰਾਂਗੇ ਜੀ, ਅਤੇ ਪ੍ਰਚਾਰਕਾਂ ਨੂੰ ਜ਼ਰੂਰਤ ਇਸ ਗੱਲ ਦੀ ਹੈ ਕਿ ਬਾਣੀ ਦਾ ਜਿਹੜਾ ਮੂਲ ਸਿਧਾਂਤ ਹੈ ਜਦੋਂ ਉਹ ਤੋਂ ਆਪਾਂ ਟੁੱਟੇ ਹੋਏ ਹਾਂ ਜੀ, ਜਦੋਂ ਉਹ ਤੋਂ ਟੁੱਟ ਜਾਵਾਂਗੇ ਤਾਂ ਫਿਰ ਅੱਗੇ ਜਾ ਕੇ ਖਿੰਡਾ ਹੋਵੇ ਜੀ। ਗੁਰੂ ਸਾਹਿਬ ਨੇ ਸ਼ੁਰੂ 'ਚ ਹੀ ਕਿਹਾ ਹੋਇਆ ਹੈ ਕਿ ਸਿਆਣਪ ਉਹੀ ਚੰਗੀ ਹੈ, ਵਿੱਦਿਆ ਵਿਚਾਰੀ ਤਾਂ ਪਰਉਪਕਾਰੀ ਜੀ, ਵੀ ਜਿਹਨੇ ਮੇਰੀ ਵਿੱਦਿਆ ਦਾ ਵਿਚਾਰ ਕਰਨਾ ਜੀ, ਉਹਦਾ ਭਾਈ ਉਹਨੂੰ ਇੱਕ ਮੰਨ ਕੇ ਚੱਲਣਾ ਚਾਹੀਦਾ ਕਿ ਉਹਨੂੰ ਆਪਣਾ ਸਵਾਰ ਛੱਡਣਾ ਪਏਗਾ ਔਰ ਪਰਉਪਕਾਰ ਦੀ ਲਾਈਨ 'ਤੇ ਆਉਣਾ ਪਏਗਾ। ਜੋ ਆਪਣੀ ਸਿਆਣਪ ਕਰਕੇ ਅੱਗੇ ਵੱਧਦਾ, ਕਿਉਂਕਿ ਇਹ 70% ਫਿਰ ਮੈਂ ਕਿਹਾ ਵੀ ਦੁਨੀਆ ਦੀ ਕੁੱਲ ਆਬਾਦੀ ਦਾ 70% ਲੋਕਾਂ ਦਾ ਧਰਮ ਸੀ, ਇਸ ਕਰਕੇ ਗੁਰੂ ਸਾਹਿਬ ਨੇ ਪਹਿਲੀ ਲਾਈਨ 'ਚ ਹੀ ਕਹਿ ਦਿੱਤਾ ਹੈ ਕਿ ਸਹਿਜ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਕਿਉਂਕਿ ਸਿਆਣਾ ਤਾਂ ਹੁੰਦਾ ਜਿਹਨੇ ਇਸ ਚੀਜ਼ ਨੂੰ ਕੌਮ ਨੂੰ ਇਕੱਠੀ ਕਰਨ ਤੋਂ ਬਾਅਦ ਜਿਹੜਾ ਉਹ ਸਾਰਿਆਂ ਦੇ ਭਲੇ ਦੀ ਗੱਲ ਕੱਢਣੀ ਉਹਦੇ ਵਿੱਚੋਂ ਕਨਕਲੂਡ ਕੱਢਣਾ ਹੈ, ਅਤੇ ਉਹ ਉਹਨੂੰ ਸਿਆਣਾ ਹੋਣ ਦੀ ਲੋੜ ਹੈ। ਜਿਹੜਾ ਹਰ ਬੰਦੇ ਜਦੋਂ ਸਿਆਣਾ ਹੋ ਜਾਏਗਾ ਜੀ, ਤਾਂ ਉਹ ਫਿਰ ਜਿਹੜਾ ਆਪਣੀ ਆਪਣੀ ਸਿਆਣਪ ਜਿਹੜੀ ਹੈ, ਤਾਂ ਫਿਰ ਮਹਾਰਾਜ ਕਹਿੰਦੇ ਨੇ ਮਨ ਕੀ ਮੱਤੀ ਖਿੰਡੀਆਂ ਬਹੁਤੇ ਪਏ ਅਸਗਾਹ ਗੋਤੇ ਖਾਇਨ ਨਿਕਲੇ, ਫਿਰ ਮਨ ਜਿਹੜਾ ਆਪਣੇ ਢੰਗ ਨਾਲ ਹਰੇਕ ਨੂੰ ਚਲਾਏਗਾ ਤਾਂ ਫਿਰ ਮਤ ਖਿੰਡ ਜਾਏਗੀ ਅਤੇ ਫਿਰ ਉਹ ਗੋਤੇ ਬੰਦਾ ਖਾਏਗਾ, ਜਿਵੇਂ ਅੱਜ ਸਾਡੇ ਪੂਰਾ ਪੰਥ ਖਾ ਰਿਹਾ। ਤਾਂ ਇਹਦੇ ਵਿੱਚ ਮੈਂ ਸਮਝਾਂਗਾ ਕਿ ਪ੍ਰਚਾਰਕਾਂ ਨੂੰ ਮੇਨ ਉਸ ਮੁੱਦੇ 'ਤੇ ਆਉਣਾ ਚਾਹੀਦਾ ਜੋ ਮੂਲ ਮੰਤਰ 'ਚ ਗੁਰੂ ਸਾਹਿਬ ਨੇ ਦੱਸਿਆ। ਗੁਰਬਾਣੀ ਦੀ ਤੁਸੀਂ ਗੱਲ ਕੀਤੀ, ਇੱਕ ਗੱਲ ਮੈਨੂੰ ਚੇਤੇ ਆਉਂਦੀ ਹੈ ਕਿ ਅੱਜ ਪੰਥ ਦੇ ਵਿੱਚ ਇੱਕ ਗੁਰਬਾਣੀ ਨੂੰ ਲੈ ਕੇ ਹੀ ਦੁਚਿੱਤੀ ਪੈਦਾ ਹੋਈ ਹੋਈ ਹੈ, ਮੈਂ ਗੱਲ ਕਰ ਰਿਹਾ ਦਸਮ ਗ੍ਰੰਥ ਦੀ ਜੀ ਜੀ, ਅਤੇ ਉਹ ਦੁਚਿੱਤੀ ਤੁਹਾਨੂੰ ਕੀ ਲੱਗਦਾ ਕਿਉਂ ਉਹ ਪਈ ਹੋਈ ਹੈ, ਜਾਂ ਫਿਰ ਇਹ ਜਿਹੜਾ ਮਸਲਾ ਹੈ ਇਹ ਵਿਚਾਰਿਆ ਜਾ ਸਕਦਾ ਹੈ, ਇਹ ਸੁਲਝਾਇਆ ਜਾ ਸਕਦਾ? ਹਾਂ, ਬੜੇ ਆਰਾਮ ਨਾਲ ਹੋ ਸਕਦਾ ਹੈ ਜੀ। ਸਿਰਫ ਇੱਥੇ ਫਿਰ ਉਹੀ ਦੱਸਿਆ ਨਾ ਆਪਾਂ, ਜਦੋਂ ਸਿਆਣਪ ਅੱਗੇ ਆ ਜੇ ਜੀ ਤਾਂ ਫਿਰ ਉੱਥੇ ਬੜਾ ਕੰਟਰੋਵਰਸੀਜ਼ ਨਿਕਲਦੀਆਂ ਨੇ ਜੀ। ਤਾਂ ਸਿਆਣਪ ਬਾਅਦ ਵਿੱਚ, ਪਹਿਲਾਂ ਸਾਰੇ ਸੰਸਾਰ ਦੇ ਭਲੇ ਦੀ ਗੱਲ, ਗੁਰੂ ਦਾ ਸਿਧਾਂਤ ਜਿਹੜਾ ਜੀ ਪਹਿਲਾਂ ਉਸਨੂੰ ਲਾਗੂ ਆਪਸ ਵਿੱਚ ਆਪਾਂ ਪੰਥ ਵਿੱਚ ਲਾਗੂ ਕਰਨਾ ਜੀ। ਅਤੇ ਜਦੋਂ ਆਪਾਂ ਆਪਣੇ ਸਿਆਣਪਾਂ ਨੂੰ ਘਟਾਵਾਂਗੇ ਔਰ ਦੇਖਾਂਗੇ ਕਿ ਸਾਡੀ ਸਿਆਣਪ ਜਿਹੜੀ ਉਹ ਕੰਟਰੋਵਰਸੀਜ਼ ਪੈਦਾ ਕਰ ਰਹੀ ਹੈ ਜੀ, ਤਾਂ ਮੈਨੂੰ ਨਹੀਂ ਲੱਗਦਾ ਫਿਰ ਇਸ ਗੱਲ 'ਤੇ ਵੀ ਕੋਈ ਪ੍ਰੋਬਲਮ ਆਏਗੀ ਜਦੋਂ ਆਪਾਂ ਮੂਲ ਚੀਜ਼ ਨੂੰ ਸਮਝਾਂਗੇ ਜੀ। ਜੀ ਹਾਂਜੀ, ਅਤੇ ਇਹੀ ਅੱਜ ਜਿਹੜਾ ਵਿਚਾਰ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਆਪਣੇ ਦਰਸ਼ਕਾਂ ਨੂੰ ਵੀ ਸਮਝਾਉਣ ਦੀ ਗਿਆਨੀ ਜੀ ਦੀ ਤਰਫੋਂ ਕੋਸ਼ਿਸ਼ ਕਰ ਰਹੇ ਹਾਂ ਕਿ ਕਿਹੜੀ ਕਿਹੜੀ ਗੱਲਾਂ ਦੀ ਲੋੜ ਹੈਗੀ ਹੈ ਸਾਡੀ ਜ਼ਿੰਦਗੀ ਦੇ ਵਿੱਚ, ਅਸੀਂ ਅਗਰ ਆਪਣੇ ਪੰਥ ਨੂੰ ਇਕੱਠਾ ਕਰਨਾ, ਇੱਕਮੁੱਠ ਕਰਨਾ, ਕਿਉਂਕਿ ਅੱਜ ਲੋੜ ਹੈਗੀ ਹੈ ਯੂਨਾਈਟ ਹੋਣ ਦੀ। ਵੱਖ ਵੱਖ ਧੜਿਆਂ ਨੇ, ਵੱਖ ਵੱਖ ਜਥੇਬੰਦੀਆਂ ਨੇ ਆਪਣੀ ਆਪਣੀ ਆਈਡੀਓਲੋਜੀ ਅੱਜ, ਚਾਹੇ ਭਾਵੇਂ ਉਹ
कथा दे विच होए जो कि साडे प्रचारक करदे हन, क्योंकि निजी गल जिहड़ी है ਉਹ ਕਿਤੇ ਨਾ ਕਿਤੇ ਸਾਹਮਣੇ ਨਜ਼ਰ ਆਉਂਦੀ ਹੈ। ਜਦ ਅੱਜ ਕਈ ਸਾਡੇ ਜਿਹੜੇ ਪ੍ਰਚਾਰਕ ਹਨ ਉਹ ਆਪਣੇ ਧਾਰਮਿਕ ਵਿਚਾਰਾਂ ਨੂੰ ਛੱਡ ਕੇ ਨਿੱਜੀ ਜਿਹੜੇ ਵਿਚਾਰ ਹਨ ਉਹ ਲੈ ਆਉਂਦੇ ਹਨ, ਇਸ ਤੋਂ ਕਿਵੇਂ ਨਿਪਟਾਰਾ ਹੋ ਸਕਦਾ, ਕਿਵੇਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਨੇ ਆਦੇਸ਼ ਦਿੱਤਾ ਬਾਣੀ ਦੇ ਵਿੱਚ, ਬਾਣੀ ਕੀ ਕੁਝ ਸਿਖਾਉਂਦੀ ਹੈ ਕਿ ਜਦ ਤੁਹਾਡੇ ਨਿੱਜੀ ਮਸਲੇ ਹਨ ਉਹਨਾਂ ਨੂੰ ਤੁਸੀਂ ਕਿਵੇਂ ਵੱਖ ਰੱਖੋ ਅਤੇ ਜਿਹੜੇ ਪੰਥ ਦੇ ਮਸਲੇ ਹਨ ਉਸ ਨੂੰ ਤੁਸੀਂ ਸਾਂਝੇ ਰੱਖੋ। ਇਹਨਾਂ ਜਵਾਬਾਂ ਦਾ ਆਪਾਂ ਲਵਾਂਗੇ, ਸਾਰੇ ਸਵਾਲਾਂ ਦੇ ਆਪਾਂ ਲਵਾਂਗੇ ਜਵਾਬ ਗਿਆਨੀ ਪਰਮਪਾਲ ਸਿੰਘ ਜੀ ਤੋਂ ਇਸ ਨਿੱਕੇ ਜਿਹੇ ਵਕਫੇ ਤੋਂ। ਭਈ ਅਕਾਲ ਕੀ ਤਬਹਿ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਯੋਗ ਗ੍ਰੰਥ। ਵਕਫੇ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਸਵਾਗਤ ਹੈ। ਅੱਜ ਅਸੀਂ ਵਿਚਾਰ ਵਟਾਂਦਰਾ ਕਰ ਰਹੇ ਹਾਂ ਰੂਹਾਨੀ ਗੱਲਾਂ ਗਿਆਨੀ ਪਰਮਪਾਲ ਸਿੰਘ ਜੀ ਕੈਲੀਫੋਰਨੀਆ ਉਹਨਾਂ ਦੇ ਨਾਲ। ਹੁਣ ਗੱਲ ਇੱਥੇ ਇੱਕ ਸਾਹਮਣੇ ਆਉਂਦੀ ਹੈ ਜੋ ਉਹਨਾਂ ਨੇ ਸਾਨੂੰ ਦੱਸਿਆ ਕਿ ਜੋ ਦੁਚਿੱਤੀ ਪੈਦਾ ਹੋਈ ਹੈ ਪੰਥ ਦੇ ਵਿੱਚ ਉਹ ਦੂਰ ਕੀਤੀ ਜਾ ਸਕਦੀ ਹੈ, ਗੁਰਬਾਣੀ ਦੇ ਵਿੱਚ ਅਸੀਂ ਢੁੰਡ ਸਕਦੇ ਹਾਂ ਔਰ ਗੁਰਬਾਣੀ ਸਾਨੂੰ ਇੱਕਮੁੱਠ ਹੋਣ ਦੀ ਗੱਲ ਵੀ ਕਹਿੰਦੀ ਹੈ। ਔਰ ਅੱਜ ਅਸੀਂ ਇਸ ਪ੍ਰੋਗਰਾਮ ਦੇ ਤਹਿਤ ਇੱਕ ਸਵਾਲ ਜ਼ਰੂਰ ਜਾਣਨਾ ਚਾਹੁੰਦੇ ਹਾਂ। ਅਸੀਂ ਅਰਦਾਸ ਕਰਦੇ ਹਾਂ ਗੁਰੂ ਮਹਾਰਾਜ ਦੇ ਸਾਹਮਣੇ, ਹੁਣ ਕਹਿੰਦੇ ਹਾਂ ਕਿ ਗੁਰੂ ਮਹਾਰਾਜ ਕਰਨਗੇ ਅੱਛਾ ਹੀ ਕਰਨਗੇ, ਤੇਰਾ ਭਾਣਾ ਮਿੱਠਾ ਲੱਗੇ, ਲੇਕਿਨ ਬਾਣੀ ਕਿਵੇਂ ਦੱਸਦੀ ਹੈ ਔਰ ਕਿਸ ਗੱਲ ਨੂੰ ਔਰ ਕਿਸ ਗੱਲ ਦੇ ਉੱਤੇ ਅਸੀਂ ਕਹਿ ਦਿੰਦੇ ਹਾਂ ਕਿ ਗੁਰੂ ਮਹਾਰਾਜ ਕਰਨਗੇ ਸਭ ਕੁਝ ਵਧੀਆ ਹੋਏਗਾ, ਲੇਕਿਨ ਇਹਨੂੰ ਅਮਲੀ ਜਾਮਾ ਕਿਵੇਂ ਪਹਿਨਾਇਆ ਜਾ ਸਕਦਾ, ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਗਿਆਨੀ ਪਰਮਪਾਲ ਸਿੰਘ ਜੀ ਤੋਂ। ਹਾਂਜੀ ਵੀਰ ਜੀ, ਬਹੁਤ ਸੋਹਣਾ ਤੁਸੀਂ ਸਵਾਲ ਕੀਤਾ ਹੈ ਕਿ ਅਸੀਂ ਅਮਲੀ ਜਾਮਾ ਕਿਵੇਂ ਪਹਿਨਾਈਏ। ਆਪਾਂ ਅਰਦਾਸ ਕਰਦੇ ਹਾਂ ਜੀ ਕਿ ਇਹ ਕਾਰਜ ਕੀਤਾ ਜਾਏ ਜੀ। ਇੱਕ ਤਾਂ ਹੁੰਦੀ ਆਮ ਸਿੱਖ ਦੀ ਅਰਦਾਸ ਆਪਣੇ ਘਰੇਲੂ ਕੰਮਾਂ ਵਾਸਤੇ ਜਾਂ ਹੋਰ ਆਪਣੀ ਪਰੇਸ਼ਾਨੀਆਂ ਵਾਸਤੇ ਜੀ, ਉਹ ਸੈਕਿੰਡ ਚੀਜ਼ ਹੈ। ਇੱਕ ਅਰਦਾਸ ਆਪਾਂ ਇਹ ਕਰਨੀ ਜਦੋਂ ਆਪਾਂ ਇਹ ਅਰਦਾਸ ਕਰਾਂਗੇ ਵੀ ਭਾਈ ਸਾਡਾ ਪੰਥ ਇਕੱਠਾ ਹੋਏ, ਅਤੇ ਇੱਥੇ ਗੁਰੂ ਸਾਹਿਬ ਇਹ ਕਹਿੰਦੇ ਨੇ ਵੀ ਸਾਨੂੰ ਇਸ ਗੱਲ 'ਤੇ ਵਿਚਾਰ ਕਰਨਾ ਪਵੇਗਾ ਜੀ। ਪਰਮਾਤਮਾ ਤਾਂ ਹੀ ਕਰਦਾ, ਗੁਰੂ ਸਾਹਿਬ ਕਹਿੰਦੇ ਨੇ ਰੇਮਨ ਜੈਸਾ ਸੇਵੈ ਤੈਸਾ ਹੋਵੈ। ਇਹ ਗੁਰੂ ਸਾਹਿਬ ਇਹ ਕਹਿੰਦੇ ਨੇ ਅਕਲੀ ਸਾਹਿਬ ਸੇਵੀ ਹੈ ਅਕਲੀ ਪਾਈ ਹੈ ਮਾਨ, ਬਿਲਕੁਲ ਕਹਿੰਦੇ ਨੇ ਗੁਰੂ ਸਾਹਿਬ। ਪਰ ਉਸ ਤੋਂ ਪਹਿਲਾਂ ਇਹ ਕਹਿੰਦੇ ਨੇ ਕਿ ਉਹ ਅਕਲ ਇਹ ਨਾ ਆਖੀਏ ਅਕਲ ਗਵਾਈ ਹੈ ਬਾਦ, ਵੀ ਉਹ ਅਕਲ ਨਹੀਂ ਹੁੰਦੀ ਜਿਹੜੀ ਇਤਨਾ ਕੁ ਵਿਵਾਦ ਪੈਦਾ ਕਰਦੇ ਕਿ ਉਹਦੇ ਘਰ ਹੀ ਜਿਹੜਾ ਉਹਦਾ ਆਪਣਾ ਘਰ ਹੀ ਦਾ ਹੀ ਨੁਕਸਾਨ ਕਰਨ ਲੱਗ ਜਾਏ ਜੀ। ਅਤੇ ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ ਸੀ ਅਕਲ ਉਸ ਵੇਲੇ ਜ਼ਰੂਰਤ ਹੁੰਦੀ ਹੈ ਜਦੋਂ ਤੁਸੀਂ ਸਰਬੱਤ ਦੇ ਭਲੇ ਦੀ ਇੱਕ ਕੰਸੋਲੀਡੇਟਡ ਗੱਲ ਕਰਨੀ ਹੈ, ਫਿਰ ਤੁਹਾਡੀ ਅਕਲ ਉੱਥੇ ਕੰਮ ਕਰੇਗੀ। ਘਰ ਦੀ ਲੜਾਈ ਵਾਸਤੇ ਅਕਲ ਜਿਹੜੀ ਉਹਨੂੰ ਗੁਰੂ ਸਾਹਿਬ ਕਹਿੰਦੇ ਨੇ ਅਕਲ ਇਹ ਨਾ ਆਖੀ ਹੈ ਜੀ, ਅਕਲ ਗਵਾਈ ਹੈ ਬਾਅਦ ਉਹਨੂੰ ਅਕਲ ਨਹੀਂ ਕਿਹਾ ਜਾ ਸਕਦਾ। ਇਸ ਚੀਜ਼ ਨੂੰ ਗੁਰੂ ਨਾਨਕ ਸਾਹਿਬ ਨੇ ਇਹ ਵੀ ਕਿਹਾ ਸੀ ਕਿ ਕਰਨ ਵਕੀਲੀ ਆਪ ਵਿੱਚ ਰਾਮ ਰਹੀਮ ਇੱਕ ਥਾਂ ਖਲੋਈ ਰਾਹ ਸ਼ੈਤਾਨੀ ਦੁਨੀਆ ਗੋਈ, ਕਿ ਉਹ ਰਾਮ ਰਹੀਮ ਦੇ ਨਾਂ 'ਤੇ ਕਰਦੇ ਸੀ ਪਰ ਆਪਾਂ ਇੱਕ ਗੁਰੂ ਸਾਹਿਬ ਦੇ ਨਾਂ 'ਤੇ ਇੱਕ ਦੂਜੇ ਦੀ ਵਕੀਲੀ ਕਰਦੇ ਪਏ ਹਾਂ, ਇਹ ਮੂਲੋਂ ਹੀ ਗਲਤ ਹੈ ਵੀਰ ਜੀ। ਅਤੇ ਪਰਮਾਤਮਾ ਮਿਲਣ ਦਾ ਢੰਗ ਤੁਹਾਨੂੂੰ ਕਿਵੇਂ ਲੱਗਦਾ ਗਿਆਨੀ ਜੀ? ਜਦੋਂ ਜੂੰ ਜੂੰ ਆਪਾਂ ਕਹਿ ਸਾਰੇ ਦਿੰਦੇ ਹਾਂ, ਲੇਕਿਨ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੂੰ ਜਿਹੜੇ ਕਹਿ ਰਹੇ ਨੇ ਜੀ ਉਹਨਾਂ ਵਿੱਚੋਂ ਕਿਸੇ ਨੂੰ ਮਿਲਿਆ, ਕਿਉਂਕਿ ਜਦੋਂ ਕਿਸੇ ਨੂੰ, ਕਿਉਂਕਿ ਜਿਹਨੂੰ ਮਿਲ ਜਾਂਦਾ ਨਾ ਜੀ ਫਿਰ ਪਰਮਾਤਮਾ ਕਹਿਣ ਜੋਗਾ ਨਹੀਂ ਛੱਡਦਾ ਜੀ। ਅਤੇ ਜਦੋਂ ਆਪਾਂ ਦੂਜੇ ਨੂੰ ਉਪਦੇਸ਼ ਦੇ ਰਹੇ ਹਾਂ ਸਿਰਫ ਦੂਜੇ ਨੂੰ ਉਪਦੇਸ਼ ਦੇਣ ਵਾਸਤੇ ਹੀ ਹੈ ਜੀ। ਅਤੇ ਸੌਖਾ ਢੰਗ ਗੁਰੂ ਸਾਹਿਬ ਨੇ ਜੀ, ਵੀਰ ਜੀ ਮੈਂ ਇਹ ਕਹਾਂਗਾ ਕਿ ਅਗਰ ਫਿਰ ਮੂਲ ਮੰਤਰ ਲਈਏ ਜੀ ਤਾਂ ਮੂਲ ਮੰਤਰ ਦਾ ਮਤਲਬ ਹੁੰਦਾ ਜੜ ਜੀ। ਜੇ ਆਪਾਂ ਜੜ ਨੂੰ ਫੜ ਲਈਏ ਜੀ ਤਾਂ ਜ਼ਰੂਰ ਪਰਮੇਸ਼ਰ ਲੱਭ ਜਾਂਦਾ ਹੈ ਜੀ, ਕੋਈ ਮੁਸ਼ਕਲ ਗੱਲ ਨਹੀਂ। ਜਿਵੇਂ ਗੁਰੂ ਸਾਹਿਬ ਸਭ ਤੋਂ ਪਹਿਲਾਂ ਕਹਿੰਦੇ ਨੇ ਇੱਕ ਓਂਕਾਰ ਜੀ ਸਤਿਗੁਰੂ ਪ੍ਰਸਾਦ ਜੀ, ਕਿ ਵਾਹਿਗੁਰੂ ਸਾਰੇ ਸੰਸਾਰ ਦਾ ਇੱਕ ਹੈ ਔਰ ਗੁਰੂ ਦੀ ਕਿਰਪਾ ਨਾਲ ਮਿਲਦਾ। ਜੇ ਆਪਾਂ ਸਾਰੇ ਪ੍ਰਚਾਰ ਕੇ ਇਹ ਲੱਭ ਲਈਏ ਵੀ ਗੁਰੂ ਦੀ ਕਿਰਪਾ ਕਿਵੇਂ ਹੁੰਦੀ ਹੈ ਜੀ, ਅਤੇ ਜੇ ਉਹ ਕਹਿਣ ਵੀ ਹਾਂ ਇਵੇਂ ਹੁੰਦੀ ਤਾਂ ਕੀ ਹੋ ਗਈ ਹੈ ਜੀ, ਜਦੋਂ ਇਹ ਚੀਜ਼ ਆਪਾਂ ਦੇਖਾਂਗੇ ਤਾਂ ਫਿਰ ਸਾਡਾ ਜ਼ਰੂਰ ਜਿਹੜਾ ਇਹ ਸਿਆਣਪ ਖਤਮ ਹੋਏਗੀ ਜੀ। ਕਿ ਜਦੋਂ ਸਾਡੇ 'ਤੇ ਕਿਰਪਾ ਨਹੀਂ ਹੋਈ ਜੀ ਤਾਂ ਫਿਰ ਆਪਾਂ ਕਿਸੇ 'ਤੇ ਕਿਰਪਾ ਕੀ ਕਰਾਂਗੇ ਜਾਂ ਕਿਸੇ ਨੂੰ ਪ੍ਰਚਾਰ ਕਿਸ ਗੱਲ ਦਾ ਕਰ ਰਹੇ ਹਾਂ, ਉਹ ਕਿਵੇਂ ਉਹਨਾਂ ਨੂੰ ਰੱਬ ਮਿਲੇਗਾ? ਅਤੇ ਤੁਹਾਨੂੰ ਲੱਗਦਾ ਕਿ ਇਸ ਥਿਊਰੀ ਦੇ ਨਾਲ ਪਰਮਾਤਮਾ ਕਿਸੇ ਨੂੰ ਮਿਲਿਆ ਜਾਂ ਫਿਰ ਮਿਲ ਸਕਦਾ? ਜੀ ਬਿਲਕੁਲ, ਜੋ ਗੁਰੂ ਸਾਹਿਬ ਨੇ ਥਿਊਰੀ ਦਿੱਤੀ ਹੈ ਬਿਲਕੁਲ ਉਹਨੂੰ ਮਿਲੇਗਾ, ਬਸ਼ਰਤੇ ਉਸ ਥਿਊਰੀ 'ਤੇ ਚੱਲਿਆ ਜਾਏ ਜੀ। ਜਿਵੇਂ ਹੁਣ ਆਪਾਂ ਸਾਰੇ ਕਹਿੰਦੇ ਹਾਂ ਹਨਾ ਵੀ ਪਰਮਾਤਮਾ ਨੂੰ ਮਿਲਣ ਆਏ ਹਾਂ ਜੀ, ਲੇਕਿਨ ਮੂਲ ਮੰਤਰ 'ਚ ਗੁਰੂ ਸਾਹਿਬ ਕਹਿੰਦੇ ਨੇ ਵੀ ਸਭ ਤੋਂ ਪਹਿਲਾਂ ਤੁਹਾਨੂੰ ਪਰਮਾਤਮਾ, ਮੂਲ ਦਾ ਮਤਲਬ ਹੈ ਜੜ,
ਵੀ ਇੱਕ ਮੂਲ ਮੰਤਰ ਦੀ ਆਪਾਂ ਫਿਰ ਥੋੜ੍ਹਾ ਟਾਈਮ ਜ਼ਿਆਦਾ ਲੱਗ ਜਾਏਗਾ ਮੂਲ ਮੰਤਰ ਦੀ ਵਿਆਖਿਆ ਕਰਨ 'ਚ, ਪਰ ਮੈਂ ਮੋਟੀ ਜੀ ਗੱਲ ਕਰਾਂਗਾ। ਗੁਰੂ ਸਾਹਿਬ ਕਹਿੰਦੇ ਨੇ ਵੀ ਗੁਰੂ ਦੀ ਕਿਰਪਾ ਤਾਂ ਹੋਣੀ ਹੈ ਜੇ ਤੂੰ ਨਿਰਭਉ ਅਤੇ ਨਿਰਵੈਰ ਹੋਏਗਾ ਜੀ। ਜਿਹੜਾ ਬੰਦਾ ਨਿਰਵੈਰ ਹੈ ਉਹੀ ਨਿਰਭਉ ਹੋਏਗਾ, ਜਿਹਦਾ ਇੱਕ ਨਾਲ ਵੀ ਵੈਰ ਹੈ ਉਹ ਨਿਰਭਉ ਨਹੀਂ ਹੋ ਸਕਦਾ। ਉਹ ਉਹਦਾ ਜਿਹੜਾ ਉਹ ਗੁਰੂ ਸਾਹਿਬ ਦੇ ਉਸ ਸਿਧਾਂਤ 'ਤੇ ਪੂਰਾ ਨਹੀਂ ਉਤਰੇਗਾ। ਜਿਵੇਂ ਅਸੀਂ ਭਾਈ ਘਨੱਈਆ ਜੀ ਦੀ 300 ਸਾਲਾ ਸ਼ਤਾਬਦੀ ਮਨਾਉਣ ਜਾ ਰਹੇ ਹਾਂ ਅਤੇ ਉਹਦੇ 'ਚ ਭਾਈ ਘਨੱਈਆ ਦੀ ਥਿਊਰੀ ਕੰਮ ਕਰੇਗੀ। ਜਿਹੜਾ ਨਿਰਵੈਰ ਹੋ ਜਾਂਦਾ ਅਤੇ ਉਹੀ ਨਿਰਭਉ ਹੁੰਦਾ, ਉਹਨੂੰ ਲੜਾਈ ਦੇ ਮੈਦਾਨ 'ਚ ਵੀ ਡਰ ਨਹੀਂ ਸੀ ਲੱਗਦਾ ਕਿਉਂਕਿ ਬਿਲਕੁਲ ਨਿਰਵੈਰ ਸੀ ਜੀ। ਜੀ 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 ਅਤੇ ਜਿਵੇਂ ਤੁਸੀਂ ਦੱਸਿਆ ਕਿ ਇਹ ਥਿਊਰੀ ਅਗਰ ਅਸੀਂ ਆਪਣੀ ਲਾਈਫ ਦੇ ਵਿੱਚ ਇੰਪਲੀਮੈਂਟ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਅਸੀਂ ਉਸ ਗੁਰੂ ਨੂੰ ਵੀ ਪਾ ਸਕਦੇ ਹਾਂ, ਔਰ ਇਸ ਥਿਊਰੀ ਦੇ ਸਦਕਾ ਅਸੀਂ ਆਪਣੇ ਸਵਾਰਥਾਂ ਨੂੰ ਪਿੱਛੇ ਹਟਾ ਕੇ, ਆਪਣੇ ਨਿੱਜੀ ਮਸਲਿਆਂ ਨੂੰ ਪਿੱਛੇ ਹਟਾ ਕੇ ਗੁਰਬਾਣੀ ਬਾਰੇ ਔਰ ਗੁਰੂ ਬਾਰੇ ਸੋਚ ਸਕਦੇ ਹਾਂ ਔਰ ਆਪਣੀ ਜ਼ਿੰਦਗੀ ਨੂੰ ਸਫਲ ਬਣਾ ਸਕਦੇ ਹਾਂ ਜੀ। ਬਿਲਕੁਲ, ਜਿਹੜਾ ਵੀ ਸੋਚਣਾ ਸ਼ੁਰੂ ਕਰ ਦੇਗਾ ਜੀ ਉਹਨੂੰ ਪਰਮੇਸ਼ਰ ਜਿਹੜਾ ਹੈ ਉਹ ਆਪਣੇ ਵੱਲ ਪਾਸੇ ਖਿੱਚਣਾ ਸ਼ੁਰੂ ਕਰ ਦੇਗਾ ਜੀ, ਔਰ ਫਿਰ ਉਹ ਇਹਨਾਂ ਜਿਹੜੇ ਮੈਂ ਪ੍ਰਚਾਰਕਾਂ ਦੇ ਝਮੇਲੇ ਨੇ ਜਾਂ ਹੋਰ ਇਹ ਜਿਵੇਂ ਆਪਾਂ ਝਮੇਲੇ ਪਾਏ ਹੋਏ ਨੇ ਜੀ, ਇਹਨਾਂ ਤੋਂ ਪਾਸੇ ਕਰਕੇ ਜਿਹੜਾ ਪਰਮੇਸ਼ਰ ਦਾ ਉਹਨੂੰ ਸਾਰਿਆਂ ਦੇ ਨਾਲ ਨਿਰਵੈਰ ਬਣਾ ਦੇਗਾ। ਸਭ ਤੋਂ ਪਹਿਲਾਂ ਉਹਦੀ ਪਛਾਣ ਹੋਏਗੀ ਵੀ ਉਹਨੂੰ ਨਿਰਵੈਰ ਬਣਾ ਦੇਗਾ, ਉਹ ਸਭ ਨਾਲ ਉਹਦਾ ਕਿਸੇ ਨਾਲ ਸੰਸਾਰ 'ਚ ਵੈਰ ਨਹੀਂ ਹੋਏਗਾ। ਵੀਰ ਜੀ, ਗਿਆਨੀ ਜੀ ਇੱਕ ਗੱਲ ਦੇ ਉੱਤੇ ਹੋਰ ਵੀ ਚਾਨਣਾ ਪਾਓ ਜੀ। ਅਸੀਂ ਅਰਦਾਸ ਕਰਦੇ ਹਾਂ ਗੁਰੂ ਮਹਾਰਾਜ ਦੇ ਸਾਹਮਣੇ ਜੀ, ਔਰ ਅਰਦਾਸ ਤਾਂ ਗੁਰੂ ਸਾਹਿਬ ਵੀ ਕਰਦੇ ਸੀਗੇ ਜੀ ਜੀ, ਔਰ ਅਕਾਲ ਪੁਰਖ ਦੇ ਅੱਗੇ ਕਰਦੇ ਸੀਗੇ ਜੀ। ਜਦ ਉਹਨਾਂ ਨੇ ਜੰਗ ਲੜਨ ਜਾਣਾ ਹੋਵੇ ਜੀ ਜੀ, ਭਾਵੇਂ ਹੋਰ ਜਿਹੜੀਆਂ ਤਰਾਜ਼ੀ ਉਸ ਟਾਈਮ ਪੰਥ ਦੇ ਉੱਤੇ ਆਈਆਂ ਹੋਣਗੀਆਂ ਜੀ, ਤਾਂ ਉਹ ਅਰਦਾਸ ਕਰਦੇ ਸੀਗੇ। ਉਹ ਅਰਦਾਸ ਦੀ ਜਿਹੜੀ ਪ੍ਰਥਾ ਅੱਜ ਤੱਕ ਚੱਲਦੀ ਆ ਰਹੀ ਹੈ ਜੀ, ਅਸੀਂ ਘਰ ਦੇ ਵਿੱਚ ਭੋਗ ਪਾਉਂਦੇ ਹਾਂ ਤਾਂ ਅਰਦਾਸ ਕਰਦੇ ਹਾਂ ਖੁਸ਼ੀ ਦੇ ਲਈ, ਚਾਹੇ ਉਹ ਦੁੱਖ ਦਾ ਵੇਲਾ ਹੋਵੇ ਜੀ ਜੀ ਜੀ। ਅਤੇ ਤੁਹਾਨੂੰ ਲੱਗਦਾ ਅਰਦਾਸ ਕਰਨ ਤੋਂ ਬਾਅਦ ਅਸੀਂ ਸਭ ਗੁਰੂ ਮਹਾਰਾਜ ਦੇ ਉੱਤੇ ਛੱਡ ਦਿੰਦੇ ਹਾਂ ਔਰ ਅਸੀਂ ਸੋਚਦੇ ਹਾਂ ਕਿ ਹੁਣ ਅਰਦਾਸ ਅਸੀਂ ਕਰਤੀ ਹੈ ਜੀ, ਗੁਰੂ ਮਹਾਰਾਜ ਆਪਣੇ ਆਪ ਦੇਖਣਗੇ, ਬਟ ਵਟ ਯੂ ਥਿੰਕ ਐਜ਼ ਅ ਪ੍ਰੈਕਟੀਕਲ ਲਾਈਫ, ਉਹ ਗੁਰੂ ਸਾਹਿਬ ਨੇ ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪ੍ਰੈਕਟੀਕਲ ਲਾਈਫ ਬਾਰੇ ਕਿਵੇਂ ਲਿਖਿਆ ਹੋਇਆ ਅਰਦਾਸ ਦਾ ਮਤਲਬ ਜੀ ਜੀ ਜੀ। ਗੁਰੂ ਸਾਹਿਬ ਨੇ ਤਾਂ ਅਰਦਾਸ ਜਿਹੜੀ ਵੀ ਕੀਤੀ ਹੈ ਨਾ ਜੀ, ਜਿਸ ਨੇ ਵੀ ਪੁਰਾਤਨ ਸਿੱਖ ਨੇ ਅਰਦਾਸ ਕੀਤੀ ਆ ਗੁਰੂ ਸਾਹਿਬ ਨੇ ਕੀਤੀ ਜੀ, ਤਾਂ ਉਹ ਪਰਮੇਸ਼ਰ ਨਾਲ ਜੁੜੇ ਹੁੰਦੇ ਸੀ ਜੀ, ਉਹਨਾਂ ਦੀ ਅਰਦਾਸ ਸਹਿ ਸੁਭਾਅ ਹੁੰਦੀ ਸੀ ਜੀ, ਅਤੇ ਅਰਦਾਸ ਕਰਕੇ ਇਹ ਮੰਗਦੇ ਸੀ ਪਰਮੇਸ਼ਰ ਤੋਂ ਬਹੁਤ ਵਿਸ਼ਾਲ ਹੈ ਜੀ, ਜਿਵੇਂ ਗੁਰੂ ਪਾਤਸ਼ਾਹ ਨੇ ਕਿਹਾ ਮੈਂ ਹੁਣ ਪਰਮ ਪੁਰਖ ਉਦਾਸਾ ਜੀ, ਦੇਖਣ ਆਇਓ ਜਗਤ ਤਮਾਸ਼ਾ, ਵੀ ਮੈਂ ਤਾਂ ਇੱਕ ਉਹਦਾ ਦਾਸ ਹਾਂ ਨਾ, ਉਹ ਦਾਸ ਸਮਝ ਕੇ ਅਰਦਾਸ ਕਰਦੇ ਸੀ, ਉਹਦੇ ਵਿੱਚ ਸਮਾਏ ਹੁੰਦੇ ਸੀ ਜੀ, ਫਿਰ ਉਹ ਪ੍ਰੈਕਟੀਕਲੀ ਚੱਲਦੇ ਸੀ, ਪ੍ਰੈਕਟੀਕਲੀ ਚੱਲਦੇ ਸੀ ਤਾਂ ਕਿ ਕਿਉਂਕਿ ਜਿਹੜਾ ਕਰਾਮਾਤ ਹੈ ਉਹ ਵਾਹਿਗੁਰੂ ਕਰ ਸਕਦਾ ਹੈ, ਉਹਨੂੰ ਮਹਾਰਾਜ ਗੁਰੂ ਸਾਹਿਬ ਇਹ ਕਹਿੰਦੇ ਨੇ ਵੀ ਕਰਨ ਕਾਰਨ ਪ੍ਰਭ ਇੱਕ ਹੈ ਦੂਸਰ ਨਾਹੀਂ ਕੋਈ, ਵੀ ਉਹ ਕਰਨ ਵਾਲਾ ਅਤੇ ਕਾਰਨ ਵੀ ਬਣਾਉਣ ਵਾਲਾ ਇੱਕ ਪਰਮੇਸ਼ਰ ਹੈ, ਦੂਸਰਾ ਸੰਸਾਰ 'ਚ ਕੋਈ ਨਹੀਂ ਹੋ ਸਕਦਾ ਜੀ ਜੀ। ਅਤੇ ਜਿਵੇਂ ਅਸੀਂ ਗੱਲ ਕੀਤੀ ਅਤੇ ਹੁਣ ਆਪਾਂ ਐਂਡ ਆਫ ਦਾ ਡੇ ਜੋ ਆਪਾਂ ਅਗਰ ਨਿਚੋੜ ਕੱਢੀਏ ਸਮਰੀ ਕੱਢੀਏ ਤਾਂ ਗੁਰੂ ਮਹਾਰਾਜ ਵੀ ਐਫਰਟ ਕਹਿੰਦੇ ਸੀ ਕਿ ਐਫਰਟ ਕਰੋ ਜੀ ਜੀ, ਬਿਲਕੁਲ ਐਫਰਟ ਕਰੋ ਔਰ ਉਸ ਐਫਰਟ ਨੂੰ ਆਪਣੀ ਲਾਈਫ ਦੇ ਵਿੱਚ ਇੰਪਲੀਮੈਂਟ ਕਰੋ ਜੀ ਜੀ। ਅਸੀਂ ਅੱਜ ਕੱਲ੍ਹ ਮੈਨੂੰ ਲੱਗਦਾ ਕਿ ਡਿਪੈਂਡ ਹੋ ਜਾਂਦੇ ਹਾਂ ਜੀ 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 ਜੀ, ਅਤੇ ਉਹ ਬਾਣੀ ਸਾਨੂੰ ਕਿਵੇਂ ਸਿਖਾਉਂਦੀ ਹੈ ਕਿ ਆਪਾਂ ਡਿਪੈਂਡ ਨਾ ਹੋਈਏ, ਕੌਨਫੀਡੈਂਸ ਲਈਏ ਔਰ ਐਫਰਟ ਕਰੀਏ ਔਰ ਗੁਰਬਾਣੀ ਦੇ ਸਿਧਾਂਤਾਂ ਦੇ ਨਾਲ ਅੱਗੇ ਵਧੀਏ ਜੀ। ਬਿਲਕੁਲ, ਇਹ ਤਾਂ ਬਿਲਕੁਲ ਪ੍ਰੈਕਟੀਕਲ, ਬਿਲਕੁਲ ਜੋ ਗੁਰੂ ਸਾਹਿਬ ਨੇ ਮੂਲ ਸਿਧਾਂਤ ਦਿੱਤਾ ਸੀ ਜਦੋਂ ਮੂਲ ਮੰਤਰ 'ਚ ਉਹਨਾਂ ਨੇ ਕਿਹਾ ਨਿਰਵੈਰ ਹੋਣ ਵਾਸਤੇ, ਜਿਹੜਾ ਬੰਦਾ ਨਿਰਵੈਰ ਹੋ ਜਾਏਗਾ ਉਹਨੂੰ ਗੁਰੂ ਮਹਾਰਾਜ ਵਿਵੇਕ ਬੁੱਧ ਦੇਗਾ ਜੀ, ਔਰ ਵਿਵੇਕ ਬੁੱਧ ਜਿਹਦੀ ਵੀ ਸੰਸਾਰ 'ਚ ਅੱਜ ਤੱਕ ਹੋਈ ਹੈ ਜੀ, ਉਹਨੂੰ ਇੱਕ ਤਾਂ ਸੰਸਾਰ ਨੇ ਪਛਾਣਿਆ ਨਹੀਂ ਜੀ, ਜਿਵੇਂ ਕਬੀਰ ਸਾਹਿਬ ਨੂੰ, ਨਾਮਦੇਵ ਜੀ ਨੂੰ, ਗੁਰੂ ਨਾਨਕ ਸਾਹਿਬ ਨੂੰ, ਜਾਂ ਈਸਾ ਮਸੀਹ ਜੀ ਨੂੰ ਕਹਿ ਸਕਦੇ ਹਾਂ ਆਪਾਂ, ਮੁਹੰਮਦ ਸਾਹਿਬ ਨੂੰ ਵੀ ਕਹਿ ਸਕਦੇ, ਉਹਨਾਂ ਨੂੰ ਮੱਕਾ ਛੱਡ ਕੇ ਮਦੀਨਾ ਜਾਣਾ ਪਿਆ ਸੀ, ਇੱਕ ਤਾਂ ਉਹਨੂੰ ਸੰਸਾਰ ਪਹਿਚਾਣੇਗਾ ਨਹੀਂ ਜੀ, ਪਹਿਚਾਣੇਗਾ ਅਤੇ ਉਸ ਤੋਂ ਬਾਅਦ ਕਸ਼ਟ ਦੇਗਾ, ਪਰ ਇੱਕ ਆਮ ਸਿੱਖ ਦੇ ਨਾਤੇ ਜਦੋਂ ਸਾਡੇ ਅੰਦਰ ਮੂਲ ਮੰਤਰ ਨੂੰ ਲੈ ਕੇ ਨਿਰਵੈਰ ਭਾਵ ਅਸੀਂ ਹੋਵਾਂਗੇ ਤਾਂ ਫਿਰ ਵਿਵੇਕ ਬੁੱਧ ਜਿਹੜੀ ਸਾਨੂੰ ਉਹ ਸਰਬੱਤ ਦੇ ਭਲੇ ਤੋਂ ਹੋਰ ਗੱਲ ਸੋਚਣ ਹੀ ਨਹੀਂ ਦੇਗੀ, ਨਹੀਂ ਦੇ ਜੋ ਮੇਰਾ ਵਿਚਾਰ ਹੈ, ਜੋ ਨਹੀਂ ਦੇਗੀ ਤਾਂ ਕਿ ਆਪਾਂ ਕਿਸੇ ਹੋਰ ਪਾਸੇ ਨਹੀਂ ਤੁਰਾਂਗੇ ਜੀ। ਬਿਲਕੁਲ, ਉੱਥੇ ਫਿਰ ਹਾਂਜੀ ਉੱਥੇ ਇੱਕ ਵਿਜ਼ਨ ਹੋਏਗਾ ਸਾਡਾ ਜੀ, ਇੱਕ ਵਿਜ਼ਨ ਹੋਏਗਾ, ਬਿਲਕੁਲ ਪੂਰੇ ਪੰਥ ਦਾ ਇੱਕ ਵਿਜ਼ਨ ਹੋਏਗਾ, ਪ੍ਰਚਾਰਕਾਂ ਨੂੰ ਜਦੋਂ ਇਹ ਵਿਜ਼ਨ ਸਮਝ ਆਇਆ ਉਹ ਫਿਰ ਇਹ ਦੱਸਣਗੇ। ਐਕਚੁਅਲੀ ਮੈਂ ਤਾਂ ਇਹੀ ਬੇਨਤੀ ਕਰਾਂਗਾ ਕਿ ਪ੍ਰਚਾਰਕ ਵੀਰ ਇਸ ਗੱਲ ਨੂੰ ਬਹੁਤ ਜਲਦੀ ਸਮਝਣ, ਕਿਉਂਕਿ ਪੰਥ 'ਤੇ ਬਹੁਤ ਸਾਰੀਆਂ ਇਸ ਵੇਲੇ ਬਹੁਤ ਘਾਟੇ ਪੈ ਚੁੱਕੇ ਨੇ ਰਾਜਨੀਤਿਕ ਲੋਕਾਂ ਵੱਲੋਂ, ਅਤੇ ਮੈਂ ਕਹਾਂਗਾ ਵੱਡੇ ਵੱਡੇ ਧਾਰਮਿਕ ਲੋਕਾਂ ਵੱਲੋਂ ਵੀ ਪੰਥ ਨੂੰ ਬਹੁਤ ਘਾਟਾ ਪੈ ਚੁੱਕਿਆ, ਅਤੇ ਇਸ ਵੇਲੇ ਆਮ ਪ੍ਰਚਾਰਕ ਨੂੰ ਅਤੇ ਸੰਗਤ ਨੂੰ ਜਾਗਣ ਦੀ ਲੋੜ ਹੈ, ਲੇਕਿਨ ਪ੍ਰਚਾਰਕ ਵੀਰਾਂ ਨੂੰ ਮੈਂ ਕਹਾਂਗਾ ਕਿ ਤੁਸੀਂ ਪਹਿਲ ਇਸ ਕੰਮ ਦੇ ਲਈ ਕਰੋ। ਉਹ ਕਿਵੇਂ ਪਹਿਲ ਕਰ ਸਕਦੇ ਨੇ ਜੀ? ਇਹ ਪਹਿਲ ਹੀ ਇਵੇਂ ਹੀ ਕਰ ਸਕਦੇ ਨੇ ਵੀਰ ਜੀ, ਜਦੋਂ ਨਿਰਵੈਰ ਭਾਵ ਹੋਏਗਾ, ਜਦੋਂ ਮੈਨੂੰ ਹੁਣ ਤੁਹਾਡੇ ਨਾਲ ਵੈਰ ਹੀ ਨਹੀਂ ਕੋਈ ਅਤੇ ਮੈਨੂੰ ਤੁਹਾਡੇ ਨਾਲ ਬੈਠਣ 'ਚ ਕੋਈ ਇਤਰਾਜ਼ ਨਹੀਂ ਜੀ, ਜਦੋਂ ਮੈਂ ਅੰਦਰੋਂ ਵੈਰ ਹੈ ਅਤੇ ਮੈਨੂੰ ਤੁਸੀਂ ਉਪਰੇ ਲੱਗੋਗੇ ਜੀ, ਤਾਂ ਇਹ ਪ੍ਰਚਾਰਕ ਨੇ ਪਹਿਲਾਂ ਸਮਝਣਾ ਹੈ
कि गुरु साहब ने मूल सिद्धांत की दिता है। जे आप मूल नू छड़ के अगे चलते हाँ तो अगे गुरु साहब ने कहा जे मूल छोड़ दूज मतलब मूल लगे उन्नी सुख पाया डाली लागे तिनी जन्म गवाया। जे इस मूल नू नहीं आप समझा जो मूल मंत्र सारे संसार वास्ते दिता है तो फिर आप जो सरबत के भले की गल किस बिहाफ से कर सकते हैं मैंने कोई नज़र नहीं आती गल। करैक्ट जी। तो जिमें सानू ज्ञानी परमपाल सिंह जी ने दसिया कि सानू बेसिक प्रिंसीपल जिहड़ा है ना वो अपनी जिंदगी दे विच इंप्लीमेंट करना पएगा जेकर असी पंथ का भला चाहते हाँ, जेकर असी चाहते हैं कि साडा पंथ कट्ठा होए और यूनाइट होए और धर्म की गल करे। और यह तक गुरु ग्रंथ साहिब जी दे विच लिखा गया है कि घबराउण की लोड़ नहीं हैगी, जेकर दुचित्ती है आओ गुरबाणी पढ़ो अर्थ कढ़ो, तो अर्थ जिहड़े ने वह गुरबाणी के हिसाब के नाल होने चाहिए हैं। इत्थे मैनूं एक सवाल जरूर आ गया कि अज कल असी वेखने कई प्रचारक, मैं किसी का नाम नहीं लवांगा, गुरबाणी लिखी कुछ होर है उहदा अर्थ जिहड़ा कुछ होर दस्या जांदा। जी बिल्कुल बिल्कुल बिल्कुल, जिवें आपां बड़ा एक कॉमन गल है वीर जी भी विद्या विचारी तां परोपकारी है जी, कि जे मेरी विद्या का विचार करना है जी तो तैनूं परोपकारी होना पवेगा जी, तो जे तेरे अंदर वो चीज़ पैदा नहीं हुई तो यह मतलब तुसी अर्थ गलत कढ़ रहे हो जी। तो होर भी बहुत सारिया ऐसिया ने वीर जी, बहुत सारिया ऐसिया बेअंत उदाहरणा ने जिन्हों का मतलब जिहड़ा आपां उन्हां नूं एक स्टोरीज दे नाल जोड़ के या अपनी समझ दे नाल जोड़ के एंटरटेनमेंट वास्ते गुरबाणी नूं आपां यूज जी कर लैंदे आ जी, तो उन्हूं अगे अगे तुरी जांदे आ, तो वो चीज़ जिहड़ी है बिल्कुल उहदे विच भी सानूं जिहड़ा बहुत लगदा कि इह वी किते ना किते कारण हैगा कन्फ्यूजन जिहड़ी जी बहुत हुई है गुरबाणी दा। तो वीर जी इतना क अर्थ जिहड़ा है गलत कढ़िया जा रहा है कि तुसी मैनूं कोई गल कहोगे तो मैनूं लगेगी भी ये तुहाड़ी गल दे मैं एंटी चलना है, तो मैं गुरबाणी विचों कोई होर तो पढ़ के मैं तुहाड़ी गल नूं कट देवांगा, जबकि गुरबाणी इवें लगता है गुरबाणी किसी गल ते भी कंट्रोवर्सी च नहीं आती जदों गुरबाणी दे मूल सिद्धांत नूं मूल मंत्र नूं आपां इस गल ते विचार लईए कि निर्वैरपण की हुंदा है ते गुरु प्रसाद किवें मिलदी है। करैक्ट जी जी। मैं जरूर चाहवांगा कि तुसी जांदे जांदे इस प्रोग्राम के अखीरले सैगमेंट के सुनेहा तुसीं देना चाहते हो साडे दर्शकां नूं। जी बहुत जी बहुत बहुत बड़ा, तो पहला सारे दर्शकों का धन्यवाद, तो तुहाडा जस पंजाबी टीवी का धन्यवाद जिन्होंने ये समा बख्शिया जी। तो सब तो पहला मैं सधारण संगत नूं ते कहांगा कि तुहाडे वास्ते ही गुरु साहब ने कहा सी इन पुत्रन के सीस परिवार दी सुचार चार मुहे तो क्या हुआ जीवित कई हज़ार। पर आम संगत नूं गुरु नाल बहुत प्रेम है, ये मैं समझ सकदा अच्छी तरह, मेरी लाइफ का तजर्बा है कि आम संगत अपने गुरु नूं प्यार कर दिए, लेकिन संगत दे उस प्यार का फायदा जिहड़ा है वो साढ़े वो लोग जिहड़े मैं हाई लैवल ते कह सकदा हाँ धार्मिक या राजनीतिक प्रचारक ने, राजनीतिक लोग ने या धार्मिक वड्डे लोग ने, वो इस चीज़ का फायदा उठा रहे हैं, तो अगे छोटे लैवल ते वो चीज़ जिहड़ी वो गलत सर्व हो रही है संगत विच, जिस करके ये दुचिती बनी हुई है। तो मैं यही मैसेज देना चाहाँगा सब तो पहला अपने प्रचारक वीरां नूं कि वो मूल मंत्र का जरूर विचार करके अगे चलन ता कि साडे सारे ही जिहड़े प्रॉब्लम्स ने पंथ दियाँ खत्म हो सकन। करैक्ट। और एकजुट असी हो सकी जी। सो यह सीगे ज्ञानी परमपाल सिंह जी, जेकर तुसी इन्हां दे नाल कनैक्ट होना चाहते हो, जेकर तुसी चाहते हो कि यह आके तुहाडे मुल्क दे विच गुरद्वारा साहिब दे विच या फिर अपने प्राइवेट कीर्तन दरबार जिहड़ी साडी संगत करवाउंदी है, जेकर चाहते हो कि यह कथा करन तां इस हेठ लिखे नंबर दे उत्ते तुसी इन्हां दे नाल राबता कायम कर सकते हो, उन्हां नूं फोन कर सकते हो, उन्हां नूं ईमेल कर सकते हो, तो तुसी इन्हां दे नाल कनैक्ट हो सकते हो। मैं सीगा हरकीरत सिंह आलूवालिया, ज्ञानी परमपाल सिंह जी होरां दे नाल, वाहिगुरु जी का खालसा वाहिगुरु जी की फतेह। मंदिर।